ਅਤੇ ਵਕਫੇ ਤੋਂ ਬਾਅਦ ਸਵਾਗਤ ਹੈ ਜੀ ਸਾਰਿਆਂ ਦਾ ਔਰ ਵਿਚਾਰ ਵਟਾਂਦਰਾ ਅੱਜ ਅਸੀਂ ਕਰ ਰਹੇ ਹਾਂ ਜੀ। ਕੋਸ਼ਿਸ਼ ਕਰ ਰਹੇ ਹਾਂ ਕਿ ਅੱਛੇ ਦਿਨ ਆਉਣ ਔਰ ਕਿਵੇਂ ਆਉਣਗੇ ਇਹ ਤਾਂ ਹੁਣ ਤੁਸੀਂ ਦੱਸੋਗੇ। ਔਰ ਜਿਹੜੀ ਇਸ ਟਾਈਮ ਗੱਲਾਂ ਸੁਣਨ ਨੂੰ ਮਿਲ ਰਹੀਆਂ ਭਾਰਤ ਦੇ ਵਿੱਚ, ਤੁਹਾਨੂੰ ਕੀ ਲੱਗਦਾ, ਤੁਹਾਡੀ ਜਿਹੜੇ ਤੁਹਾਡੇ ਜਿਹੜੇ ਵਿਚਾਰ ਨੇ ਉਹ ਅਸੀਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਮੇਰੇ ਨਾਲ ਕਾਲਰਸ ਜੁੜਨੇ ਸ਼ੁਰੂ ਹੋ ਚੁੱਕੇ ਹਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਜੀ ਵੀਓ ਸਾਡੇ ਸਪੈਸ਼ਲੀ ਡਾਕਟਰ ਸਾਹਿਬ ਆਪਣੇ ਹਰਬੰਸ ਸਿੰਘ ਆਪਣੇ ਫਲਾਂ ਜੀ ਬਹੁਤ ਸੋਹਣੇ ਸੁਝਾਅ ਦੇ ਕੇ ਗਏ ਆ ਜੀ। ਜੀ ਤੇ ਕੰਮ ਨਾਲ ਆਪਾਂ ਸਾਡੀਆਂ ਅੱਖਾਂ ਦੇ ਸਾਹਮਣੇ 78-84 ਜੀ ਕੱਲ 4 ਦਿਨ ਪਹਿਲਾਂ ਸਿੱਖ ਆਉਂਦੇ ਜ਼ੁਲਮ ਹੋਇਆ ਜੀ। ਕਿਸੇ ਦੋਸ਼ੀ ਨੂੰ ਅੱਜ ਤੱਕ ਸਜ਼ਾ ਮਿਲੀ ਨਹੀਂ ਤੇ ਸਾਨੂੰ ਰੱਖਣੀ ਜੀ। ਪੈਰ ਪੈਰ ਤੇ ਸਾਡੀ ਬਦਕਿਸਮਤੀ ਇਸੇ ਕੌਮ ਦੀ ਗਈ, ਸਾਡੀ ਲੀਡਰਸ਼ਿਪ ਵੇਚਦੀ ਰਹੀ, ਦਿੱਲੀ ਅੱਗੇ ਚੁੱਕਦੀ ਰਹੀ ਜੀ। ਇੱਕ ਸਿੱਖ ਕੌਮ ਲੀਡਰ ਮਿਲਿਆ ਸੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਸਾਹਿਬ, ਇਹ ਨਾ ਵੇਖ ਸਕਦੇ ਸੀ ਨਾ ਚੁੱਕ ਸਕਦੇ ਸੀ, ਇਹਨਾਂ ਸਭ ਜ਼ਾਲਮਾਂ ਨੇ ਰਲ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜੀ। ਜੀ 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 ਇਹ ਸਾਡੀ ਮੈਨੂੰ ਇੱਕ ਖਬਰ ਹੋਰ ਤੁਸੀਂ ਚੇਤੇ ਕਰਵਾਓ ਦੀ ਕਰਵਾ ਦਿੱਤੀ ਇਸ ਮੁਤਲਕ। ਸੰਤ ਜਰਨੈਲ ਪਿੰਡਰਾਂ ਵਾਲਿਆਂ ਦੀ ਇੱਕ ਫੋਟੋ ਲਾਈ ਸੀਗੀ ਇੱਕ ਆਟੋ ਵਾਲੇ ਨੇ, ਉਹਨੂੰ ਵੀ ਮੁੜ ਕੇ ਗ੍ਰਿਫਤਾਰ ਜਿਹੜਾ ਕਰ ਲਿੱਤਾ ਗਿਆ ਸੀਗਾ ਇਹਨਾਂ ਵੱਲੋਂ, ਜੇ ਤੁਹਾਨੂੰ ਯਾਦ ਹੋਏਗਾ। ਤੇ ਦੇਖੋ ਜੇ ਸਿੱਖਾਂ ਨੇ ਸਾਡੀ ਅੱਜ ਤੱਕ ਆਵਾਜ਼ ਨਾ ਉਠਾਈ ਜੀ, ਇਹ ਤੁਹਾਨੂੰ ਮਜਬੂਰ ਕਰ ਰਹੇ, ਸਿੱਖ ਨਹੀਂ ਆਪਣੇ ਆਪ ਨੂੰ ਕਹਿ ਸਕਦੇ, ਤੁਸੀਂ ਫਿਰ ਪਾਤਸ਼ਾਹ ਨੂੰ ਮਨ ਜੁਗਾ ਨਹੀਂ ਛੱਡਣਾ ਜੀ। ਜੀ 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 ਦੇਖੋ ਨਾ, 4 ਦਿਨ ਪਹਿਲਾਂ ਆਪਣੀ ਗੁਰੂ ਦੇ ਸਿੰਘਾਂ ਨੂੰ ਕੁੱਟਿਆ, ਉਹਨਾਂ ਦੇ ਗੁਰਤੰਗਾਂ ਦੇ ਜ਼ੁਲਮ ਕੀਤਾ ਗਿਆ ਪੰਜਾਬ ਜਰਨਲ ਪੁਲਿਸ ਨੇ ਜੀ। ਉਹ ਕਰਦੀ ਪੰਜਾਬ ਦੇ ਜ਼ੁਲਮ ਬਰਗਾੜੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੇਅਦਬੀ ਹੁੰਦੀ, ਵਹਿਬਰ ਕਲਾਂ ਦੇ ਵਿੱਚ ਉਹ ਗੁਰੂ ਦੀਆਂ ਸਿੰਘ ਸੰਗਤਾਂ ਬੱਚੇ ਦੇ ਬਜ਼ੁਰਗ ਸਿਮਰਨ ਕਰਦੇ ਹੋਏ ਪ੍ਰੋਟੈਸਟ ਕਰਦੇ ਆ ਜੀ। ਪੰਜਾਬ ਪੁਲਿਸ ਬੁੱਝੀ ਉਹਨਾਂ ਨੂੰ ਗੋਲੀ ਮਾਰਦੀ, ਕਿਉਂ ਵੀ ਜਨਮ ਉੱਡ ਦਿੰਦੇ ਆ, ਮਰੋ ਗੋਲੀ, ਸਿਪਾਹੀ ਨੂੰ ਕੰਮ ਦੇ ਥਾਂ ਲੰਦਨ ਗ੍ਰਿਫਤੀ, ਉਹਨਾਂ ਦੇ ਜਨਮਾਂ ਦੇ ਹੌਸਲੇ ਵਧੇ ਹੋਏ ਆ। ਬਿਲਕੁਲ ਜੀ, ਤੁਸੀਂ ਗੱਲ ਜਿਹੜੀ ਫਰਮਾਈ ਹੈ ਉਹ ਸਾਹਮਣੇ ਆ ਰਹੀਆਂ ਹਨ, ਉਜਾਗਰ ਹੋ ਰਹੀਆਂ ਹਨ। ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ, ਉਹਨਾਂ ਦੇ ਵੀ ਕਾਲਸ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਕੀ ਹਾਲ ਆ ਜੀ? ਸਤਿ ਸ਼੍ਰੀ ਅਕਾਲ ਜੀ, ਇੱਕਦਮ ਵਧੀਆ ਜੀ। ਮੈਂ ਤੇ ਇੱਕ ਗੱਲ, ਦੋ ਤਿੰਨ ਮੁੱਦੇ, ਦੋ ਤਿੰਨ ਚੀਜ਼ਾਂ ਹੈਗੀਆਂ ਜੀ ਪੁੱਛਣੀਆਂ ਜੀ। ਮੋਦੀ ਸਰਕਾਰ ਨੇ ਜੀ ਆਉਣ ਤੋਂ ਪਹਿਲਾਂ ਜਿਹੜੇ ਵਾਅਦੇ ਕੀਤੇ ਸੀ ਜੀ, ਉਹ ਇਹ ਕੀਤੇ ਸੀ, ਇੱਕ ਕੀਤਾ ਨੰਬਰ ਪਹਿਲੀ ਗੱਲ ਜੀ ਕਿ 15 ਲੱਖ ਰੁਪਈਆ ਜਿਹੜਾ ਹਰ ਇੱਕ ਬੰਦੇ ਦੀ ਜੇਬ 'ਚ ਹੋਏਗਾ ਪਾਸ ਵਾਸ ਜੀ। ਨੰਬਰ 2, 84 ਦੇ ਜਿਹੜੇ ਨਸਲਕੁਸ਼ੀ ਹੋਈ ਹੈ ਜੀ, ਉਹਨੂੰ ਕਿੰਨਾ ਚਿਰ ਹੋ ਗਿਆ ਜੀ, ਅੱਜ ਤੱਕ ਇਨਸਾਫ਼ ਨਹੀਂ ਮਿਲਿਆ। ਨੰਬਰ 2, ਨੰਬਰ 3, ਮੇਰੇ ਦਰਬਾਰ ਸਾਹਿਬ ਜੀ ਦੇ ਦਰਵਾਜ਼ੇ ਕਿੱਥੇ ਗਏ ਜੀ, ਉਹ ਨਹੀਂ ਮੁੜੇ। ਮੈਂ ਦਿਆਰ ਸਾਹਿਬ ਨਾਲ ਹਮੇਸ਼ਾ ਮੇਰੀ ਇਹੋ ਗੱਲ ਹੁੰਦੀ ਪਈ, ਹਮੇਸ਼ਾ ਰਹੀ ਹੈ ਜੀ, ਕੀਤੀ ਨਹੀਂ ਜਾਂ ਨਹੀਂ ਕੀਤੀ ਜੀ। ਇਹ 3-4 ਮੁੱਦੇ ਤਾਂ ਇੰਨੇ ਕੁ ਜ਼ਰੂਰੀ ਆ ਜਿਹੜੇ ਕਿ ਅੱਜ ਤੱਕ ਨਹੀਂ ਹੋਏ ਜੀ। ਤੇ ਬਾਕੀ ਇਹ ਹੈ, ਜਿਹੜੇ ਸਾਡੇ ਇੱਥੇ ਗੁਰਦੁਆਰਿਆਂ ਵਿੱਚ ਜਿਹੜਾ ਝਗੜਾ ਹੋ ਰਿਹਾ, ਹਰ ਇੱਕ ਦਾ ਡਾਂਗਾ ਸੋਟੇ, ਹਰ ਇੱਕ ਦੇ ਦਰਵਾਜ਼ੇ ਅੱਗੇ, ਹਰ ਇੱਕ ਤੁਸੀਂ ਸੈਕਿੰਡ ਥਰਡ ਤੁਹਾਨੂੰ ਗੁਰਦੁਆਰੇ ਦੇ ਅੱਗੇ ਬਿਲਕੁਲ ਜੀ ਲੋੜ ਹੈਗੀ ਹੈ। ਤੁਸੀਂ ਇੱਥੇ ਸਹੀ ਫਰਮਾਇਆ ਕਿ ਲੋੜ ਹੈਗੀ ਹੈ। ਪਹਿਲਾਂ ਅਸੀਂ ਜਿਹੜੇ ਗੱਲਾਂ ਕਰਦੇ ਹਾਂ, ਜਿਹੜੇ ਸਾਡੇ ਜਮਾਤਾਂ ਦੇ ਅਹੁਦੇਦਾਰ ਨੇ, ਇਕੱਠੇ ਹੋਣ ਦੀ ਲੋੜ ਹੈਗੀ ਹੈ ਪਹਿਲੇ ਆਪਣੇ ਆਪ ਨੂੰ। ਅਗਰ ਅਸੀਂ ਆਪਣੇ ਮਸਲਿਆਂ ਨੂੰ ਬੜੇ ਬਿਹਤਰੀਨ ਤਰੀਕੇ ਨਾਲ ਰੱਖਣਾ ਹੈ ਤਾਂ ਲੋੜ ਹੈਗੀ ਹੈ ਉਹਨਾਂ ਸਿਆਸਤਦਾਨਾਂ ਨੂੰ ਵੀ ਕੁੰਭਕਰਨੀ ਨੀਂਦ ਤੋਂ ਉੱਠਣ ਦੀ, ਔਰ ਇਹ ਸੋਚਣ ਦੀ ਕਿ ਅਸੀਂ ਪਹਿਲੇ ਸਿਆਸਤ ਕਰੀਏ ਕਿ ਧਰਮ ਨੂੰ ਉੱਚਾ ਕਰੀਏ। ਤਾਂ ਲੋੜ ਹੈਗੀ ਕਿਤੇ ਨਾ ਕਿਤੇ ਇਹ ਗੱਲਾਂ ਨੂੰ ਸੋਚਣ ਦੀ। ਸਮਾਂ ਮੈਨੂੰ ਇਜਾਜ਼ਤ ਨਹੀਂ ਦੇ ਰਿਹਾ, ਮੈਨੂੰ ਬਹੁਤ ਸਾਰੀ ਕੌਲਾਂ ਮੈਂ ਵੇਖ ਪਾ ਰਿਹਾ ਕਿ ਉਹਦੇ ਵਿੱਚ ਹੈਗੀਆਂ, ਲੇਕਿਨ ਮੈਂ ਤੁਹਾਡੀ ਕਾਲਸ ਨਹੀਂ ਲੈ ਸਕਦਾ ਕਿਉਂਕਿ ਇੰਨਾ ਸਮਾਂ ਨਹੀਂ ਬਚਿਆ ਸਾਡੇ ਇਸ ਪ੍ਰੰਗਰਾਮ ਦੇ ਵਿੱਚ। ਲੇਕਿਨ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ ਜੀ, info@justbroadcasting.com ਦੇ ਉੱਤੇ, harkirat@justbroadcasting.com ਦੇ ਉੱਤੇ। ਕੋਈ ਵੀ ਤੁਹਾਡੇ ਸੁਝਾਅ ਹੋਣ, ਤੁਹਾਡੇ ਫੀਡਬੈਕ ਹੋਣ, ਕਮੈਂਟਸ ਹੋਣ, ਡੈਫੀਨੇਟਲੀ ਤੁਸੀਂ ਇਸ ਮੇਲ ਦੇ ਉੱਤੇ ਭੇਜੋ ਔਰ ਅਸੀਂ ਰਿਵਰਟ ਕਰਾਂਗੇ। ਅੱਜ ਦਾ ਮੁੱਦਾ ਤੁਹਾਨੂੰ ਕਿਵੇਂ ਲੱਗਿਆ ਉਹ ਵੀ ਤੁਸੀਂ ਲਿਖ ਕੇ ਜ਼ਰੂਰ ਭੇਜਿਓ। ਮੈਂ ਦੁਹਰਾ ਦੇਣਾ ਜੀ ਦੁਬਾਰਾ, harkirat@justbroadcasting.com, info@justbroadcasting.com ਦੇ ਉੱਤੇ। ਫਿਲਹਾਲ ਅੱਜ ਦੇ ਇਸ ਮੁੱਦੇ ਦੇ ਵਿੱਚ ਇੰਨਾ ਹੀ। ਮੈਨੂੰ ਹਰਕੀਰਤ ਸਿੰਘ ਆਲੂਵਾਲੇ ਅਤੇ ਮੇਰੀ ਪੂਰੀ ਟੀਮ ਨੂੰ ਦਵੋ ਇਜਾਜ਼ਤ। ਧੰਨਵਾਦ, ਸਤਿ ਸ਼੍ਰੀ ਅਕਾਲ।